ਸਸ਼ਿਕਾ ਪੀਬੀਸੀ ਨਿਊਜ਼ ਚੈਨਲ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡਾ ਨਾਮ ਕਵਿਤਾ ਸਿੰਘ ਤੇ ਸਭ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਦੇਸ਼ ਭਰ ਦੇ ਵਿੱਚ ਕੋਰੋਨਾ ਨੇ ਮਚਾਇਆ ਕਹਿਰ ਮਰੀਜ਼ਾਂ ਦੀ ਗਿਣਤੀ ਹੋਈ 15,87,000 ਤੋਂ ਪਾਰ ਇੱਕ ਦਿਨ ਦੇ ਵਿੱਚ ਹੀ ਆਏ 54,048 ਨਵੇਂ ਮਾਮਲੇ ਐਕਟਿਵ ਮਾਮਲਿਆਂ ਦੀ ਗਿਣਤੀ ਹੋਈ 5,29,967 ਦਿੱਲੀ ਦੇ ਅੰਦਰ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਗਰਮਾਈ ਸਿਆਸਤ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਐਲਾਨ 1 ਅਗਸਤ ਤੋਂ ਪੰਜਾਬ ਭਰ ਦੇ ਵਿੱਚ ਕੈਪਟਨ ਸਰਕਾਰ ਵਿਰੁੱਧ ਲਾਏ ਜਾਣਗੇ ਧਰਨੇ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਨੂੰ ਮਿਲੀ ਰਾਹਤ 30 ਸਤੰਬਰ ਤੱਕ ਭਰ ਸਕਦੇ ਨੇ ਇਨਕਮ ਟੈਕਸ ਰਿਟਰਨ ਜਲੰਧਰ ਪੁਲਿਸ ਨੇ ਨਿੱਜੀ ਹੋਟਲ ਦੇ ਵਿੱਚ ਚੱਲ ਰਹੇ ਹੁੱਕਾ ਬਾਰ ਦਾ ਕੀਤਾ ਪਰਦਾਫਾਸ਼ 14 ਲੋਕਾਂ ਨੂੰ ਲਿਆ ਹਿਰਾਸਤ ਦੇ ਵਿੱਚ ਇਹਨਾਂ ਖਬਰਾਂ ਦੇ ਪ੍ਰਯੋਜਕ ਹਨ ਗਿਲਕੋ ਗਰੁੱਪ ਮੋਹਾਲੀ ਤੁਹਾਡੇ ਲਈ ਲੈ ਕੇ ਆਏ ਹਨ ਪਿਆਰ ਦੀਆਂ ਇਮਾਰਤਾਂ ਸੱਚ ਦੀ ਬੁਨਿਆਦ ਤੇ ਹੁਣ ਖਬਰਾਂ ਵਿਸਥਾਰ ਨਾਲ ਪੂਰੇ ਦੇਸ਼ ਦੇ ਵਿੱਚ ਪੈਰ ਪਸਾਰ ਚੁੱਕੀ ਕੋਰੋਨਾ ਦੀ ਭਿਆਨਕ ਬਿਮਾਰੀ ਦਿਨ ਪ੍ਰਤੀ ਦਿਨ ਹੋਰ ਭਿਆਨਕ ਹੁੰਦੀ ਜਾ ਰਹੀ ਹੈ ਤੇ ਇਸਦਾ ਕਹਿਰ ਰੁਕਣ ਦੇ ਵਿੱਚ ਨਹੀਂ ਆ ਰਿਹਾ ਇਸੇ ਤਹਿਤ ਇਸ ਬਿਮਾਰੀ ਨੇ ਇੱਕ ਹੀ ਦਿਨ ਦਾ ਤੋੜਿਆ ਰਿਕਾਰਡ ਪਿਛਲੇ 24 ਘੰਟਿਆਂ ਦੇ ਵਿੱਚ 54,048 ਨਵੇਂ ਮਾਮਲੇ ਜਦਕਿ 32,943 ਮਰੀਜ਼ ਸਿਹਤਯਾਬ ਹੋਏ ਅਤੇ 795 ਮਰੀਜ਼ਾਂ ਨੂੰ ਇਸ ਬਿਮਾਰੀ ਨੇ ਆਪਣੀ ਗ੍ਰਿਫਤ ਦੇ ਵਿੱਚ ਜਕੜ ਲਿਆ ਕੋਰੋਨਾ ਦੀ ਭਿਆਨਕ ਬਿਮਾਰੀ ਦਾ ਕਹਿਰ ਪੂਰੇ ਦੇਸ਼ ਦੇ ਵਿੱਚ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਸਿਹਤ ਵਿਭਾਗ ਦੀਆਂ ਭਰਪੂਰ ਕੋਸ਼ਿਸ਼ਾਂ ਦੇ ਬਾਵਜੂਦ ਹਰ ਨਵੀਂ ਸਵੇਰ ਦੇ ਨਾਲ ਮਰੀਜ਼ਾਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ ਦੇਸ਼ ਭਰ ਦੇ ਵਿੱਚ ਹੁਣ ਤੱਕ ਸਾਹਮਣੇ ਆਈ ਮਰੀਜ਼ਾਂ ਦੀ ਗਿਣਤੀ 15,87,984 ਹੋ ਗਈ ਹੈ ਜੋ ਕਿ ਇੱਕ ਰਿਕਾਰਡ ਹੈ ਜਿਨ੍ਹਾਂ ਦੇ ਵਿੱਚੋਂ 5,29,967 ਐਕਟਿਵ ਮਾਮਲੇ ਨੇ ਜਦਕਿ 35,035 ਮਰੀਜ਼ਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਭਾਵੇਂ ਦਿਨ ਪ੍ਰਤੀ ਦਿਨ ਦੇਸ਼ ਦੇ ਵਿੱਚ ਵੱਧਦੇ ਜਾ ਰਹੇ ਅੰਕੜੇ ਇੱਕ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਨੇ ਪਰ ਇਸ ਦੇ ਨਾਲ ਹੀ ਦੇਸ਼ ਦੇ ਵਿੱਚ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਸਿਹਤ ਵਿਭਾਗ ਦੀਆਂ ਸਫਲਤਾਵਾਂ ਦੀ ਪ੍ਰਤੀਕ ਹੈ ਹੁਣ ਤੱਕ ਦੇਸ਼ ਦੇ ਵਿੱਚ 10,22,567 ਮਰੀਜ਼ ਠੀਕ ਹੋ ਚੁੱਕੇ ਨੇ ਅਤੇ ਇੱਕ ਦਿਨ ਦੇ ਵਿੱਚ ਹੀ 32,943 ਮਰੀਜ਼ ਠੀਕ ਹੋਏ ਨੇ ਦੂਜੇ ਪਾਸੇ ਪੰਜਾਬ ਦੇ ਵਿੱਚ ਬੀਤੇ 24 ਘੰਟਿਆਂ ਦੇ ਦੌਰਾਨ 568 ਨਵੇਂ ਮਾਮਲੇ ਸਾਹਮਣੇ ਆਏ ਜਿਸ ਦੇ ਨਾਲ ਹੁਣ ਰਾਜ ਦੇ ਵਿੱਚ ਐਕਟਿਵ ਮਰੀਜ਼ਾਂ ਦੀ ਗਿਣਤੀ 4,372 ਹੋ ਗਈ ਹੈ ਹੁਣ ਤੱਕ ਪੰਜਾਬ ਦੇ ਵਿੱਚ 361 ਮੌਤਾਂ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ 25 ਹੋਰ ਮੌਤ ਦੇ ਮਾਮਲੇ ਸਾਹਮਣੇ ਆਏ ਇਸੇ ਤਰ੍ਹਾਂ ਰਾਜਧਾਨੀ ਚੰਡੀਗੜ੍ਹ ਦੇ ਵਿੱਚ 44 ਨਵੇਂ ਮਾਮਲੇ ਸਾਹਮਣੇ ਆਏ ਨੇ ਜਦਕਿ ਗੁਆਂਢੀ ਰਾਜ ਹਰਿਆਣਾ ਦੇ ਵਿੱਚ 755 ਨਵੇਂ ਮਾਮਲੇ ਸਾਹਮਣੇ ਆਏ ਜਿਸ ਦੇ ਨਾਲ ਐਕਟਿਵ ਮਰੀਜ਼ਾਂ ਦੀ ਗਿਣਤੀ 6,798 ਹੋ ਗਈ ਹੈ ਹੁਣ ਤੱਕ 26,420 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਨੇ ਅਤੇ 413 ਮਰੀਜ਼ਾਂ ਦੀ ਮੌਤ ਹੋ ਗਈ ਹੈ ਇਸੇ ਤਰ੍ਹਾਂ ਗੁਆਂਢੀ ਰਾਜ ਹਿਮਾਚਲ ਦੇ ਵਿੱਚ 73 ਨਵੇਂ ਮਾਮਲੇ ਸਾਹਮਣੇ ਆਏ ਅਤੇ ਐਕਟਿਵ ਮਰੀਜ਼ਾਂ ਦੀ ਗਿਣਤੀ 1,043 ਹੋ ਗਈ ਹੈ ਬਿਊਰੋ ਰਿਪੋਰਟ ਪੀਬੀਸੀ ਨਿਊਜ਼ ਚੰਡੀਗੜ੍ਹ ਕੋਰੋਨਾ ਦੀ ਭਿਆਨਕ ਬਿਮਾਰੀ ਦਾ ਕਹਿਰ ਦੇਸ਼ ਦੇ ਨਾਨਾ ਪੰਜਾਬ ਦੇ ਵਿੱਚ ਆਪਣੇ ਅਸਰ ਵਿਖਾਉਂਦਾ ਜਾ ਰਿਹਾ ਤੇ ਹਰ ਨਵੀਂ ਸਵੇਰ ਪੰਜਾਬ ਦੇ ਲਈ ਵੀ ਭਾਰੂ ਹੁੰਦੀ ਜਾ ਰਹੀ ਹੈ ਤੇ ਸਿਹਤ ਵਿਭਾਗ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਹਰ ਰੋਜ਼ ਪੰਜਾਬ ਦੇ ਅੰਕੜਿਆਂ ਦੇ ਵਿੱਚ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ ਕੋਰੋਨਾ ਦੀ ਭਿਆਨਕ ਬਿਮਾਰੀ ਦਾ ਕਹਿਰ ਦੇਸ਼ ਦੇ ਨਾਨਾ ਪੰਜਾਬ ਦੇ ਵਿੱਚ ਆਪਣੇ ਅਸਰ ਵਿਖਾਉਂਦਾ ਜਾ ਰਿਹਾ ਤੇ ਹਰ ਨਵੀਂ ਸਵੇਰ ਪੰਜਾਬ ਦੇ ਲਈ ਵੀ ਪਾਰੂ ਹੁੰਦੀ ਜਾ ਰਹੀ ਹੈ ਤੇ ਸਿਹਤ ਵਿਭਾਗ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਹਰ ਰੋਜ਼ ਪੰਜਾਬ ਦੇ ਅੰਕੜਿਆਂ ਦੇ ਵਿੱਚ ਭਾਰੀ ਵਾਧਾ ਹੁੰਦਾ ਜਾ ਰਿਹਾ ਹੈ ਇਸੇ ਤਹਿਤ ਬੀਤੇ 24 ਘੰਟਿਆਂ ਦੇ ਦੌਰਾਨ ਪੰਜਾਬ ਦੇ ਵਿੱਚ 568 ਨਵੇਂ ਮਾਮਲੇ ਸਾਹਮਣੇ ਆਏ ਜਿਸ ਦੇ ਵਿੱਚ ਲੁਧਿਆਣਾ 95 ਅੰਮ੍ਰਿਤਸਰ 77 ਜਲੰਧਰ 45 ਸੰਗਰੂਰ 30 ਪਟਿਆਲਾ 86 ਮੋਹਾਲੀ 31 ਗੁਰਦਾਸਪੁਰ 35 ਪਠਾਨਕੋਟ 15 ਨਵਾਂਸ਼ਹਿਰ 5 ਹੁਸ਼ਿਆਰਪੁਰ 1 ਤਰਨਤਾਰਨ 21 ਫਿਰੋਜ਼ਪੁਰ 4 ਫਤਿਹਗੜ੍ਹ ਸਾਹਿਬ 31 ਫਰੀਦਕੋਟ 9 ਮੋਗਾ 13 ਬਠਿੰਡਾ 1 ਮੁਕਤਸਰ 7 ਰੋਪੜ 11 ਕਪੂਰਥਲਾ 7 ਫਜ਼ਿਲਕਾ 9 ਅਤੇ ਬਰਨਾਲਾ ਤੋਂ 35 ਮਾਮਲੇ ਸਾਹਮਣੇ ਆਏ ਨੇ ਹੁਣ ਤੱਕ ਪੰਜਾਬ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ 361 ਹੋ ਚੁੱਕੀ ਹੈ ਅਤੇ 24 ਘੰਟਿਆਂ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ 25 ਹੋ ਗਈ ਹੈ ਮੋਹਾਲੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੋਰੋਨਾ ਵਾਇਰਸ ਦੇ 31 ਮਾਮਲੇ ਸਾਹਮਣੇ ਆਏ ਨੇ ਅਤੇ 11 ਮਰੀਜ਼ਾਂ ਨੂੰ ਸਿਹਤਯਾਬ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਗਿਰੀਸ਼ ਦਿਆਲਨ ਦੇ ਮੁਤਾਬਕ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਦਰਜ ਕੀਤੇ ਕੁੱਲ ਕੇਸਾਂ ਦੀ ਗਿਣਤੀ 774 ਹੋ ਗਈ ਹੈ ਜਿਨ੍ਹਾਂ ਦੇ ਵਿੱਚ 287 ਕੇਸ ਐਕਟਿਵ ਨੇ ਅਤੇ 474 ਮਰੀਜ਼ ਸਿਹਤਯਾਬ ਹੋ ਚੁੱਕੇ ਨੇ ਜਦਕਿ 14 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਬਿਊਰੋ ਰਿਪੋਰਟ ਪੀਬੀਸੀ ਨਿਊਜ਼ ਚੰਡੀਗੜ੍ਹ ਦਿੱਲੀ ਸਰਕਾਰ ਦੇ ਵੱਲੋਂ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 8 ਰੁਪਏ ਪ੍ਰਤੀ ਲੀਟਰ ਦੀ ਕਟੌਤੀ ਕੀਤੇ ਜਾਣ ਤੇ ਪੰਜਾਬ ਦੇ ਵਿੱਚ ਸਿਆਸਤ ਗਰਮਾ ਗਈ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਸਰਕਾਰ ਤੋਂ ਡੀਜ਼ਲ ਤੇ ਲੱਗਦੇ ਵੈਟ ਨੂੰ ਘਟਾਉਣ ਦੀ ਅਪੀਲ ਕੀਤੀ ਅਕਾਲੀ ਦਲ ਅਤੇ ਭਾਜਪਾ ਨੂੰ ਵੀ ਇਸ ਮੁੱਦੇ ਤੇ ਆਵਾਜ਼ ਉਠਾਉਣ ਦੇ ਲਈ ਪ੍ਰੇਰਿਤ ਕੀਤਾ ਦੇਖੋ ਮੈਂ ਸਮਝਦਾ ਕਿ ਅੱਜ ਅਰਵਿੰਦ ਕੇਜਰੀਵਾਲ ਜੀ ਦੀ ਦਿੱਲੀ ਸਰਕਾਰ ਨੇ ਇੱਕ ਬੇਮਿਸਾਲ ਫੈਸਲਾ ਕੀਤਾ ਕੈਬਨਿਟ ਦੇ ਵਿੱਚ ਜਿਸ ਦੇ ਵਿੱਚ ਡੀਜ਼ਲ ਦੀਆਂ ਦਰਾਂ ਉਹ 30% ਤੋਂ ਘਟਾ ਕੇ 16.75% ਕਰ ਦਿੱਤੀਆਂ ਗਈਆਂ ਜਿਸ ਦੇ ਨਾਲ ਡੀਜ਼ਲ ਹੈ ਜਿਹੜਾ ਉਹ 82 ਰੁਪਏ ਤੋਂ ਘਟ ਕੇ 73.5 ਰੁਪਏ ਦੇ ਕਰੀਬ ਆ ਗਿਆ ਔਰ 8 ਰੁਪਏ 36 ਪੈਸੇ
ਦਾ ਪਰ ਲੀਟਰ ਡੀਜ਼ਲ ਹੈ ਜਿਹੜਾ ਉਹ ਦਿੱਲੀ ਦੇ ਵਿੱਚ ਸਸਤਾ ਹੋ ਗਿਆ। ਮੈਂ ਸਮਝਦਾ ਕਿ ਅੱਜ ਤੱਕ ਮੁਲਕ ਦੇ ਲੋਕਾਂ ਨੇ ਜਿਹੜੇ ਟੈਕਸਿਸ ਨੇ ਉਹ ਵਾਧੇ ਤਾਂ ਦੇਖੇ ਹੋਣਗੇ ਪਰ ਘਟਣ ਵਾਲੀਆਂ ਵਿਰਲੀਆਂ ਹੀ ਐਗਜ਼ਾਮਪਲਾਂ ਹੋਣਗੀਆਂ। ਸੋ ਅੱਜ ਜਿੱਥੇ ਪੰਜਾਬ ਦੇ ਵਿੱਚ ਇੱਕ ਪਾਸੇ ਕੱਲ ਪੈਟਰੋਲ ਪੰਪ ਐਸੋਸੀਏਸ਼ਨ ਦੀ ਸਾਰੇ ਪੰਜਾਬ ਦੇ ਵਿੱਚ ਹੜਤਾਲ ਸੀ ਕਿਉਂਕਿ ਪੰਜਾਬ ਦੇ ਵਿੱਚ ਦਰਾਂ ਨੇ ਜਿਹੜੀਆਂ ਉਹ ਚੰਡੀਗੜ੍ਹ ਨਾਲੋਂ ਹਰਿਆਣੇ ਨਾਲੋਂ ਬਹੁਤ ਵੱਧ ਨੇ ਤੇ ਜਿਸ ਦੀ ਵਜ੍ਹਾ ਕਰਕੇ ਪਿਛਲੇ ਦਿਨੀ ਇੱਕ ਲਾਗਲੇ ਪਿੰਡ ਦੇ ਵਿੱਚ ਇੱਕ ਪੈਟਰੋਲ ਪੰਪ ਓਨਰ ਚਾਵਲਾ ਸਾਹਿਬ ਉਹ ਸੁਸਾਈਡ ਕਰ ਗਏ ਔਰ ਉਸੇ ਸੰਬੰਧ ਦੇ ਵਿੱਚ ਪੈਟਰੋਲ ਪੰਪ ਐਸੋਸੀਏਸ਼ਨ ਨੇ ਵੈਟ ਦੀਆਂ ਦਰਾਂ ਘਟਾਉਣ ਵਾਸਤੇ ਕੱਲ ਪ੍ਰੋਟੈਸਟ ਕੀਤਾ ਸੀਗਾ, ਹੜਤਾਲ ਕੀਤੀ ਸੀਗੀ। ਅੱਜ ਮੈਂ ਕਾਂਗਰਸ ਪਾਰਟੀ ਨੂੰ ਬੇਨਤੀ ਕਰਨਾ ਚਾਹੂੰਗਾ ਕੈਪਟਨ ਅਮਰਿੰਦਰ ਸਿੰਘ ਨੂੰ ਔਰ ਅਕਾਲੀ ਦਲ ਔਰ ਬੀਜੇਪੀ ਦੇ ਲੀਡਰਾਂ ਲਈ ਪਰਖ ਦੀ ਘੜੀ ਹੈ ਕਿ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਪੈਟਰੋਲ ਡੀਜ਼ਲ ਦੇ ਉੱਪਰ ਬੇਤਹਾਸ਼ਾ ਰੇਟ ਨੇ ਜਿਹੜੇ ਉਹ ਵਧਾ ਦਿੱਤੇ ਤੇ ਹੁਣ ਦੇਖਦੇ ਹਾਂ ਖੁੱਲ੍ਹਮ ਖੁੱਲ੍ਹਾ ਚੈਲੇਂਜ ਹੈ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਸਰਕਾਰ ਨੂੰ, ਅਕਾਲੀ ਦਲ ਬੀਜੇਪੀ ਨੂੰ ਔਰ ਕਾਂਗਰਸ ਨੂੰ ਕਿ ਉਹ ਵੀ ਆਪਦੀਆਂ ਸਰਕਾਰਾਂ ਤੋਂ ਦਿੱਲੀ ਸਰਕਾਰ ਦੇ ਨਕਸ਼ੇ ਕਦਮ ਦੇ ਉੱਪਰ ਚੱਲਦੇ ਹੋਏ 8-9 ਰੁਪਏ ਦੇ ਕਰੀਬ ਡੀਜ਼ਲ ਹੈ ਜਿਹੜਾ ਉਹ ਘਟਵਾਉਂਦੇ ਨੇ ਜਾਂ ਉਹ ਇਸੇ ਤਰੀਕੇ ਦੀ ਪੰਜਾਬ ਦੇ ਲੋਕਾਂ ਦੀ ਲੁੱਟ ਜਾਰੀ ਰਹਿਣ ਦਿੰਦੇ ਨੇ। ਇਹ ਪਰਖ ਦੀ ਘੜੀ ਹੈ ਅੱਜ ਇਹਨਾਂ ਤਿੰਨੇ ਪਾਰਟੀਆਂ ਦੇ ਲਈ। ਹੁਣ ਵੇਖਣਾ ਇਹ ਹੋਏਗਾ ਕਿ ਪੰਜਾਬ ਸਰਕਾਰ ਰਾਜ ਦੇ ਵਿੱਚ ਡੀਜ਼ਲ ਦੀਆਂ ਕੀਮਤਾਂ ਦੇ ਵਿੱਚੋਂ ਕਦੋਂ ਕਟੌਤੀ ਕਰਦੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਕਦੋਂ ਇਸ ਤੋਂ ਰਾਹਤ ਮਿਲੇਗੀ। ਬਿਊਰੋ ਰਿਪੋਰਟ, ਪੀਬੀਸੀ ਨਿਊਜ਼, ਚੰਡੀਗੜ੍ਹ। ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਦੇ ਲਈ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਭਾਰਤ ਸਰਕਾਰ ਨੇ ਵਿੱਤੀ ਸਾਲ 2018-19 ਦੇ ਲਈ ਇਨਕਮ ਟੈਕਸ ਰਿਟਰਨ ਭਰਨ ਦੇ ਸਮੇਂ ਦੇ ਵਿੱਚ ਵਾਧਾ ਕੀਤਾ ਹੈ। ਇਨਕਮ ਟੈਕਸ ਵਿਭਾਗ ਦੇ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ 30 ਸਤੰਬਰ ਤੱਕ ਵਧਾ ਦਿੱਤੀ ਗਈ ਹੈ, ਜਿਸ ਦੇ ਨਾਲ ਕਰਦਾਤਾਵਾਂ ਨੂੰ 2 ਮਹੀਨੇ ਦਾ ਸਮਾਂ ਇਨਕਮ ਟੈਕਸ ਭਰਨ ਦੇ ਲਈ ਹੋਰ ਮਿਲ ਗਿਆ। CBDT ਦੇ ਵੱਲੋਂ ਦਿੱਤੀ ਇਸ ਜਾਣਕਾਰੀ ਦੇ ਵਿੱਚ ਇਹ ਵੀ ਸਪਸ਼ਟ ਕੀਤਾ ਗਿਆ ਕਿ ਮੁਲਾਂਕਣ ਸਾਲ 2019 ਅਤੇ 20 ਦੇ ਇਨਕਮ ਟੈਕਸ ਭਰਨ ਦੀ ਹੁਣ ਆਖਰੀ ਤਰੀਕ 30 ਸਤੰਬਰ 2020 ਹੋਏਗੀ। ਤੁਹਾਨੂੰ ਦੱਸ ਦੇ ਕਿ ਬੀਤੀ ਸਾਲ 2018-19 ਦਾ ਮੂਲ ਅਤੇ ਸ਼ੋਧਿਆ ਇਨਕਮ ਟੈਕਸ ਰਿਟਰਨ ਭਰਨ ਦੀ ਤਰੀਕ 3 ਵਾਰ ਵਧਾਈ ਗਈ ਹੈ। ਇਸ ਦੇ ਨਾਲ ਹੀ ਟੈਕਸ ਰਿਟਰਨ ਦਾਖਲ ਕਰਨ ਦਾ ਸਮਾਂ ਹੱਦ ਨੂੰ ਵੀ 30 ਨਵੰਬਰ 2020 ਤੱਕ ਲਈ ਪਹਿਲਾਂ ਹੀ ਵਧਾ ਦਿੱਤਾ ਗਿਆ ਸੀ। ਦੇਸ਼ ਦੀ ਸਿੱਖਿਆ ਨੀਤੀ ਹੁਣ ਬਦਲ ਗਈ ਹੈ। ਇਹ ਐਲਾਨ ਦੇਸ਼ ਦੇ ਸਿੱਖਿਆ ਮੰਤਰਾਲੇ ਨੇ ਕਰਦੇ ਹੋਏ ਸਿੱਖਿਆ ਢਾਂਚੇ ਦੇ ਅੰਦਰ ਕਈ ਤਬਦੀਲੀਆਂ ਕੀਤੀਆਂ ਨੇ, ਜਿਸ ਦੇ ਵਿੱਚ ਕੇਂਦਰ ਦੇ ਵਿੱਚ ਸੱਤਾਧਾਰੀ ਭਾਜਪਾ ਦੀ ਸਹਿਯੋਗੀ ਪਾਰਟੀ ਅਕਾਲੀ ਦਲ ਬਾਦਲ ਨੇ ਇਸ ਦੀ ਖੂਬ ਪ੍ਰਸ਼ੰਸਾ ਕੀਤੀ ਹੈ। ਅਕਾਲੀ ਦਲ ਬਾਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕੇਂਦਰ ਸਰਕਾਰ ਦੇ ਵੱਲੋਂ ਸਿੱਖਿਆ ਢਾਂਚੇ ਦੇ ਵਿੱਚ ਕੀਤੇ ਸੁਧਾਰ ਨੂੰ ਆਮ ਲੋਕਾਂ ਦੇ ਹਿੱਤ ਵਾਲਾ ਕਰਾਰ ਦਿੱਤਾ ਹੈ। ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਕਿ 34 ਸਾਲਾਂ ਬਾਅਦ ਦੇਸ਼ ਦੇ ਵਿੱਚ ਨਵੀਂ ਐਜੂਕੇਸ਼ਨ ਪਾਲਿਸੀ ਬਣੀ ਹੈ ਔਰ ਪਿਛਲੀ ਪਾਲਿਸੀ ਔਰ ਹੁਣ ਦੀ ਪਾਲਿਸੀ ਦੇ ਸਮੇਂ ਦੇ ਦੌਰਾਨ ਬਹੁਤ ਵੱਡੀਆਂ ਤਬਦੀਲੀਆਂ ਜਿਹੜੀਆਂ ਡਿਜੀਟਲ ਟੈਕਨੋਲੋਜੀ ਦੇ ਆਉਣ ਕਰਕੇ ਜਿਹੜੀਆਂ ਹੋਈਆਂ, ਇਸ ਕਰਕੇ ਐਜੂਕੇਸ਼ਨ ਪਾਲਿਸੀ ਨੂੰ ਸਮੇਂ ਦਾ ਹਾਣੀ ਬਣਾਉਣਾ ਬਹੁਤ ਵੱਡੀ ਲੋੜ ਸੀ। ਮੈਂ ਦੇਸ਼ ਦੇ ਜਿਹੜੇ ਸਾਡੇ ਸਿੱਖਿਆ ਦੇ ਨਾਲ ਸੰਬੰਧਿਤ ਮੰਤਰੀ ਨੇ ਪ੍ਰਕਾਸ਼ ਜਾਵੜੇਕਰ ਸਾਹਿਬ, ਉਹਨਾਂ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਬੜੀ ਅੱਛੀ ਐਜੂਕੇਸ਼ਨ ਪਾਲਿਸੀ ਬਣਾਈ। ਇੱਕ ਤਾਂ ਸਾਡੇ ਦੇਸ਼ ਦੇ ਵਿੱਚ ਇੱਕ ਬੜੀ ਵੱਡੀ ਡਿਸਕ੍ਰਿਮੀਨੇਸ਼ਨ ਸੀ ਕਿ ਪ੍ਰਾਈਵੇਟ ਸੈਕਟਰ ਦੇ ਵਿੱਚ 3 ਸਾਲ ਦਾ ਬੱਚਾ ਸਕੂਲ ਜਾਂਦਾ ਸੀ ਔਰ ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ 6 ਸਾਲ ਦਾ ਬੱਚਾ ਦਾਖਲ ਹੁੰਦਾ ਸੀ। ਸੋ 3 ਸਾਲ ਦਾ ਬਹੁਤ ਵੱਡਾ ਗੈਪ ਸੀ ਜਿਹਦੇ ਕਰਕੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਆ ਉਹ ਪਿੱਛੇ ਰਹਿ ਜਾਂਦੇ ਸੀ ਪ੍ਰੀ ਪ੍ਰਾਇਮਰੀ ਕਲਾਸਿਸ ਨਾ ਹੋਣ ਕਰਕੇ। ਪਰ ਇਸ ਨਵੀਂ ਪਾਲਿਸੀ ਦੇ ਨਾਲ ਇੱਕ ਯੂਨੀਫਾਰਮ ਨੀਤੀ ਬਣਨ ਕਰਕੇ ਹੁਣ 3 ਸਾਲ ਦਾ ਬੱਚਾ ਜਿਹੜਾ ਹੈਗਾ ਉਹ ਦਾਖਲ ਹੋਇਆ ਕਰੇਗਾ ਔਰ ਉਹਦੇ ਜਿਹੜੇ ਸਾਰਾ ਜਿਹੜਾ ਪਹਿਲੇ 5 ਸਾਲ ਦਾ ਪਹਿਲੀ ਦੂਜੀ ਤੱਕ ਪਹਿਲਾਂ ਨਰਸਰੀ LKG UKG ਪਹਿਲੀ ਦੂਜੀ ਇਹ 5 ਕਲਾਸਾਂ ਇਕੱਠੀਆਂ ਕਰਕੇ ਜਿਹੜੀਆਂ ਪ੍ਰਾਈਵੇਟ ਸਰਕਾਰੀ ਸਾਰੇ ਇੱਕੋ ਜਿਹੇ ਹੋ ਜਾਣਗੇ। ਇਹਦੇ ਨਾਲ ਬੱਚਿਆਂ ਦੀ ਜਿਹੜੀ ਫਾਊਂਡੇਸ਼ਨ ਹੈ ਉਹ ਮਜ਼ਬੂਤ ਹੋਏਗੀ। ਜਲੰਧਰ ਦੇ ਬਸਤੀ ਸ਼ੇਖ ਦੇ ਵਿੱਚ ਇੱਕ ਪਰਿਵਾਰ ਤੇ ਉਸ ਵੇਲੇ ਕੈਟ ਆ ਗਿਆ ਜਦੋਂ ਉਹਨਾਂ ਦੇ ਜਵਾਨ ਪੁੱਤਰ ਨੇ ਖੁਦ ਨੂੰ ਗੋਲੀ ਮਾਰ ਕੇ ਮੌਤ ਦੇ ਗਲੇ ਲਗਾ ਲਿਆ। ਆਖਰ ਉਸਨੇ ਕਦਮ ਕਿਉਂ ਚੁੱਕਿਆ, ਆਓ ਵੇਖਦੇ ਹਾਂ PBC ਨਿਊਜ਼ ਦੀ ਇਸ ਰਿਪੋਰਟ ਦੇ ਵਿੱਚ। ਮਾਮਲਾ ਦਿਲ ਦਹਿਲਾ ਦੇਣ ਵਾਲਾ ਹੈ। ਜੀ ਹਾਂ, ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਜਲੰਧਰ ਦੀ ਬਸਤੀ ਸ਼ੇਖ ਦੇ ਵਿੱਚ ਰਹਿੰਦਾ ਇਹ ਉਹ ਪਰਿਵਾਰ ਹੈ ਜਿਨ੍ਹਾਂ ਦੇ ਜਵਾਨ ਪੁੱਤਰ ਨੇ ਪੱਬਜੀ ਗੇਮ ਦੇ ਕਾਰਨ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਦਰਅਸਲ ਮ੍ਰਿਤਕ ਮੰਥਨ ਸ਼ਰਮਾ ਉਰਫ ਮਾਨਿਕ ਜੋ ਕਿ DAV ਕਾਲਜ ਦੇ ਵਿੱਚ ਪੜ੍ਹਦਾ ਸੀ ਅਤੇ ਉਹ ਹਮੇਸ਼ਾ ਹੀ ਮੋਬਾਈਲ ਤੇ ਗੇਮ ਖੇਡਦਾ ਰਹਿੰਦਾ ਸੀ, ਜਿਸ ਕਾਰਨ ਉਸਦਾ ਪਿਓ ਅਕਸਰ ਹੀ ਉਸਨੂੰ ਗੇਮਾਂ ਖੇਡਣ ਤੋਂ ਇਨਕਾਰ ਕਰਦਾ ਸੀ। ਬੀਤੇ ਦਿਨੀ ਜਦੋਂ ਮਾਨਿਕ ਦੇ ਪਿਓ ਨੇ ਉਸਨੂੰ ਮੋਬਾਈਲ ਚਲਾਉਣ ਤੋਂ ਝਿੜਕਿਆ ਤਾਂ ਮਾਨਿਕ ਨੇ ਗੁੱਸੇ ਦੇ ਵਿੱਚ ਆ ਕੇ
अपने प्यो की लाइसेंसी रिवॉल्वर दे नाल खुद नूं गोली मार के खुदकुशी कर ली। दस दिए कि मानिक ने मरन तो पहला एक नोट भी लिखा सी जिस दे विच उसने लिखा मैं बहुत बुरा हाँ। दस दिए कि मृतक दो भैणां दा इकलौता भरा सी। ਪੜ੍ਹਾਈ ਦੇ ਵਿੱਚ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿ ਮਾਰਕਸ ਜਿੱਦਾਂ ਘੱਟ ਆ ਜਾਂਦੇ ਲੇਕਿਨ ਅਸੀਂ ਕਦੇ ਜ਼ਿਆਦਾ ਉਹਨੂੰ ਪ੍ਰੈਸ਼ਰਾਈਜ਼ ਵੀ ਨਹੀਂ ਕੀਤਾ ਇੰਨਾ ਲੇਕਿਨ ਫਿਰ ਵੀ ਵਾਰ ਵਾਰ ਕਹਿਣਾ ਜ਼ਰੂਰ ਸੀ ਕਹਿੰਦੇ ਵੀ ਸੀ ਪੇਰੈਂਟਸ ਦੇ ਨਾਤੇ ਕਹਿਣਾ ਵੀ ਪੈਂਦਾ ਬਹੁਤ ਕਿਹਾ ਉਹਨੂੰ ਕਿ ਪੜ੍ਹਿਆ ਕਰ ਪੜ੍ਹਿਆ ਕਰ ਪੜ੍ਹਿਆ ਕਰ ਹਰ ਵੇਲੇ ਬਸ ਮੋਬਾਈਲ ਹੀ ਦੇਖਦੇ ਰਹਿਣਾ ਮੋਬਾਈਲ ਦੇਖਦੇ ਰਹਿਣਾ ਉਹਦਾ ਮੋਬਾਈਲ ਵੀ ਤੋੜਿਆ ਪਰ ਉਹ ਮੇਰਾ ਗੇਮ ਮੋਬਾਈਲ ਲੈ ਕੇ ਵੀ ਖੇਡਦਾ ਰਹਿੰਦਾ ਸੀ। ਉਧਰ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਜਲੰਧਰ ਪੁਲਿਸ ਮੌਕੇ ਤੇ ਪਹੁੰਚੀ ਅਤੇ ਉਹਨਾਂ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ। ਜਿਹੜੇ ਕੈਮਰੇ ਸ਼ਾਪ ਚਲਾਉਂਦੇ ਨੇ ਉਹਨਾਂ ਦਾ ਫੋਨ ਆਇਆ ਸੀ ਥੋੜੀ ਦੇਰ ਪਹਿਲੇ ਕਿ ਉਹਨਾਂ ਦੇ ਬੇਟੇ ਨੇ ਉਹਨਾਂ ਦੇ ਲਾਇਸੈਂਸ ਰਿਵਾਲਵਰ ਦੇ ਜਿਹੜਾ ਵੈਪਨ ਹੈਗਾ ਉਹਦੇ ਨਾਲ ਉਹਨਾਂ ਨੇ ਸੁਸਾਈਡ ਕਰ ਲਿਆ। ਜਿਸ ਸੰਬੰਧ ਵਿੱਚ ਅਸੀਂ ਪੁਲਿਸ ਟੀਮ ਸੱਚੇ ਮੌਕੇ 'ਤੇ ਪਹੁੰਚੀ ਹੈ ਜੋ ਲੜਕੇ ਨੇ ਆਪਣੇ ਆਪ ਨੂੰ ਹਿੱਟ ਕੀਤਾ ਹੈ ਚੈਸ 'ਤੇ ਔਰ ਜਿਹਦੇ ਨਾਲ ਉਹਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਜਿਸ ਲੜਕੇ ਦਾ ਨਾਮ ਹੈ ਮਾਨਿਕ ਸ਼ਰਮਾ ਜੋ BBA ਕਲਾਸ ਸੈਕਿੰਡ ਈਅਰ 'ਚ ਪੜ੍ਹਦਾ ਸੀ DAV ਕਾਲਜ 'ਚ ਅਤੇ ਇਹਦੀ ਦੋ ਬੇਟੀਆਂ ਹੈਗੀਆਂ ਚੰਦਰ ਸ਼ੇਖਰ ਜੀ ਦੀਆਂ ਵਾਈਫ ਇੱਥੇ ਰਹਿੰਦੇ ਨੇ ਰੈਸੀਡੈਂਸ ਹੈਗੇ ਨੇ। ਜਦੋਂ ਮੌਕੇ 'ਤੇ ਗੋਲੀ ਚੱਲੀ ਉਸ ਟਾਈਮ 'ਤੇ ਉਹਦੀ ਵਾਈਫ ਅਤੇ ਛੋਟੀ ਬੇਟੀ ਘਰ 'ਚ ਸੀ ਬੇਟੇ ਨੇ ਪਿੱਛੇ ਕਮਰਾ ਬਣਿਆ ਜਿਹਨੂੰ ਕੁੰਡੀ ਲਗਾ ਕੇ। ਦੱਸ ਦਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਿੱਥੇ ਕਿ ਕਿਸੇ ਨੌਜਵਾਨ ਨੇ ਪਬਜੀ ਗੇਮ ਦੇ ਕਾਰਨ ਖੁਦਕੁਸ਼ੀ ਕੀਤੀ ਹੋਈ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ, ਸੋ ਲੋੜ ਹੈ ਹੁਣ ਅਜਿਹੀਆਂ ਗੇਮਾਂ ਨੂੰ ਬੈਨ ਕਰਨ ਦੀ। ਜਲੰਧਰ ਤੋਂ PBC ਨਿਊਜ਼ ਦੇ ਲਈ ਸੁਸ਼ੀਲ ਹੰਸ ਦੀ ਰਿਪੋਰਟ। ਹਲਕਾ ਸਮਰਾਲਾ ਦੇ ਮਾਛੀਵਾੜਾ ਤੋਂ ਇੱਕ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਕਿ ਰਿਸ਼ਤੇਦਾਰੀ ਦੇ ਵਿੱਚ ਆਏ ਇੱਕ ਨੌਜਵਾਨ ਦਾ ਕੁਝ ਵਿਅਕਤੀਆਂ ਦੇ ਵੱਲੋਂ ਆਪਸੀ ਰੰਜਿਸ਼ ਦੇ ਚੱਲਦਿਆਂ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ ਗਿਆ। ਉਧਰ ਇਸ ਮਾਮਲੇ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਮਾਛੀਵਾੜਾ ਦੇ ਇੱਕ ਨੌਜਵਾਨ ਦੀ ਹੱਤਿਆ ਹੋਣ ਦੇ ਨਾਲ ਸੋਗ ਦੀ ਲਹਿਰ ਦੌੜ ਪਈ ਹੈ। ਉਧਰ ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਮ੍ਰਿਤਕ ਦੇ ਭਰਾ ਬਹਾਦਰ ਸਿੰਘ ਨੇ ਦੱਸਿਆ ਕਿ ਉਹ ਮਾਛੀਵਾੜੇ ਵਿਖੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਭੋਗ ਤੇ ਆਏ ਹੋਏ ਸੀ ਅਤੇ ਉਸਦੇ ਭਰਾ ਦੀ ਤਾਸ਼ ਖੇਡਦੇ ਸਮੇਂ ਕੁਝ ਵਿਅਕਤੀਆਂ ਦੇ ਨਾਲ ਬਹਿਸ ਹੋ ਗਈ। ਬਹਿਸ ਇੰਨੀ ਵੱਧ ਗਈ ਕਿ ਉਹ ਆਪਸ ਦੇ ਵਿੱਚ ਹੱਥੋਂ ਪਾਈ ਹੋ ਗਏ ਅਤੇ ਇਸੇ ਦੌਰਾਨ ਕੁਝ ਵਿਅਕਤੀਆਂ ਨੇ ਉਸਦੇ ਭਰਾ ਦਾ ਗਲਾ ਘੋਟ ਕੇ ਕਤਲ ਕਰ ਦਿੱਤਾ ਅਤੇ ਫਿਰ ਮੌਕੇ ਤੋਂ ਫਰਾਰ ਹੋ ਗਏ। ਭਾਈ ਸਾਹਿਬ ਸੀ ਜੀ ਕੀ ਨਾਮ ਸੀ? ਦਾਰਾ ਸਿੰਘ। ਕੀ ਗੱਲ ਕੀ ਹੈ? ਗੱਲ ਜੀ, ਇਹਨਾਂ ਦੀ ਪੁਰਾਣੀ ਪਹਿਲਾਂ ਵੀ ਲੜਾਈ ਹੋਈ ਹੋਈ ਸੀ ਸਰ, ਉਹ ਤੋਂ ਬਾਅਦ ਇੱਥੇ ਭੋਗ ਸੀ, ਇੱਥੇ ਹੋ ਗਈ ਇਹਨਾਂ ਦੀ। ਉਹਨੇ ਫੋਨ ਕਰਕੇ ਮੁੰਡੇ ਬੁਲਾ ਲਿਆ ਜੀ, ਮੈਂ ਵੀ ਛੁਡਾ ਰਿਹਾ ਸੀ, ਮੇਰੇ ਵੀ ਡੰਡੇ ਸੋਟੇ ਮਾਰੇ ਜੀ ਉਹਨਾਂ ਨੇ। ਮੈਂ ਦੋ ਤਿੰਨ ਤਾਂ ਰੁਕੇ ਹੋਏ ਸੀ, ਮਗਰੋਂ ਦੋ ਬੰਦਿਆਂ ਨੇ, ਇੱਕ ਨੇ ਬਾਂਹ ਫੜ ਲਈ ਇਹਦੀ, ਇੱਕ ਨੇ ਕਰਕੇ ਗਲ ਘੁੱਟ ਲਿਆ। ਜਦ ਨੂੰ ਇਹਨਾਂ ਨੂੰ ਛੁਡਾਇਆ, ਇਹ ਛੱਡਿਆ ਉਹਨੇ, ਇੱਕ ਛੱਡਦੇ ਸਾਰੇ ਗਿਰ ਗਿਆ ਜੀ। ਇਸ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ASI ਰਘਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਲਾਂ ਹੀ ਇਹਨਾਂ ਵਿਅਕਤੀਆਂ ਦੇ ਨਾਲ ਆਪਸੀ ਰੰਜਿਸ਼ ਚੱਲਦੀ ਆ ਰਹੀ ਸੀ, ਜਿਸ ਕਾਰਨ ਮੌਕੇ ਦਾ ਫਾਇਦਾ ਚੁੱਕ ਕੇ ਉਹਨਾਂ ਨੇ ਇਸ ਕਤਲ ਨੂੰ ਅੰਜਾਮ ਦਿੱਤਾ। ASI ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਉਹ ਸਾਡਾ ਕੋਈ ਤਾਂ ਕਹਿੰਦੇ 4-5 ਮਹੀਨੇ ਪਹਿਲਾਂ ਲੜਾਈ ਹੋਈ ਸੀ, ਕੋਈ ਯੂਆ ਜਾ ਖੇਡਦੇ ਹੋਣੇ, ਉਸ ਕਰਕੇ ਹੋ ਸਕਦਾ ਨਹੀਂ ਕੋਈ ਪਹਿਲੀ ਕੋਈ ਰਿਸ਼ਤ ਹੋਵੇ ਲੈਣ ਦੇਣ ਦਾ। ਸਮਰਾਲਾ ਤੋਂ PBC ਨਿਊਜ਼ ਦੇ ਲਈ ਅਨੁਰਾਗ ਸੰਧਲ ਦੀ ਰਿਪੋਰਟ। ਕੋਰੋਨਾ ਮਹਾਮਾਰੀ ਦੇ ਦੌਰਾਨ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਪੰਜਾਬ ਸਰਕਾਰ ਵਿਰੁੱਧ ਧਰਨੇ ਲਗਾਉਣ ਦਾ ਐਲਾਨ ਕੀਤਾ ਗਿਆ, ਜਿਸ ਦੇ ਚੱਲਦਿਆਂ 1 ਅਗਸਤ ਤੋਂ ਪੰਜਾਬ ਭਰ ਦੇ ਵਿੱਚ ਕੈਪਟਨ ਸਰਕਾਰ ਦੇ ਵਿਰੁੱਧ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਜਾਏਗਾ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਨੇਤਾ ਸਰਬਜੀਤ ਸਿੰਘ ਮੱਕੜ ਅਤੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਦੇ ਵੱਲੋਂ ਪਾਰਟੀ ਵਰਕਰਾਂ ਦੇ ਨਾਲ ਜਲੰਧਰ ਦੇ ਵਿੱਚ ਇੱਕ ਮੀਟਿੰਗ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਪੰਜਾਬ ਸਰਕਾਰ ਵਿਰੁੱਧ ਧਰਨੇ ਪ੍ਰਦਰਸ਼ਨ ਕਰਨ ਦੀ ਚਰਚਾ ਵੀ ਕੀਤੀ। ਸਰਬਜੀਤ ਸਿੰਘ ਮੱਕੜ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਆਪਣੇ 3 ਸਾਲਾਂ ਦੇ ਕਾਰਜਕਾਲ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਲਈ ਕੁਝ ਵੀ ਨਹੀਂ ਕੀਤਾ ਅਤੇ ਹੁਣ ਕੋਰੋਨਾ ਮਹਾਮਾਰੀ ਦੇ ਦੌਰ ਦੇ ਵਿੱਚ ਆਮ ਲੋਕਾਂ ਦੀ ਕੋਈ ਆਰਥਿਕ ਮਦਦ ਵੀ ਨਹੀਂ ਕੀਤੀ ਅਤੇ ਇਸ ਤੋਂ ਬਿਨਾਂ ਅਨਾਜ ਘੋਟਾਲਾ, ਬਿਜਲੀ ਦੇ ਬਿੱਲ, ਤੇਲ ਦੀਆਂ ਵੱਧਦੀਆਂ ਕੀਮਤਾਂ ਨੇ ਆਮ ਜਨਤਾ ਤੇ ਭਾਰੀ ਬੋਝ ਪਾ ਦਿੱਤਾ ਹੈ, ਜਿਸ ਦੇ ਵਿਰੋਧ ਦੇ ਵਿੱਚ ਹੁਣ ਅਕਾਲੀ ਦਲ ਬਾਦਲ ਦੇ ਵੱਲੋਂ 1 ਅਗਸਤ ਤੋਂ ਪੰਜਾਬ ਭਰ ਦੇ ਵਿੱਚ ਧਰਨਾ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ। ਉਧਰ ਨਕੋਦਰ ਤੋਂ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੇ ਕੰਮਾਂ ਤੇ ਕਈ ਸਵਾਲ ਖੜੇ ਕਰ ਦਿੱਤੇ। ਸ਼੍ਰੋਮਣੀ ਅਕਾਲੀ ਦਲ ਦੀ ਦਿਹਾਤੀ ਜਥੇਬੰਦੀ ਨੇ ਸਾਰੀ ਮੀਟਿੰਗ ਕੀਤੀ ਹੈ, ਜਿਹਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ ਗਰੀਬ ਵਰਗ ਦੀ ਮਦਦ ਕਰਨ ਵਾਸਤੇ ਜਿਹੜੀ ਆਟਾ ਦਾਲ ਸਕੀਮ ਆ ਉਹਦੀ ਦੁਰਵਰਤੋਂ ਹੋਈ ਹੈ ਅਤੇ ਸਿਹਤ ਸਹੂਲਤਾਂ ਦੇ ਸਾਰੇ ਹੀ ਸਕੀਮਾਂ ਸਰਕਾਰ ਨੇ ਬੰਦ ਕਰਤੀਆਂ, ਜਿਹਦੇ ਨਾਲ ਪੰਜਾਬ ਅਤੇ ਪੰਜਾਬੀਆਂ 'ਚ ਇੱਕ ਕਾਂਗਰਸ ਨੇ ਵਿਤਕਰਾ ਪੈਦਾ ਕੀਤਾ। ਇਹ ਧਰਨਾ ਦਿੱਤਾ ਜਾਏਗਾ,
ਉਜਾਗਰ ਕੀਤਾ ਜਾਏਗਾ ਕਿ ਕਿਸ ਤਰੀਕੇ ਨਾਲ ਲੋਕਤੰਤਰ ਦਾ ਕਤਲ ਹੋ ਰਿਹਾ। ਇਹ ਕਤਲ ਨੂੰ ਰੋਕਣ ਵਾਸਤੇ ਅਕਾਲੀ ਦਲ ਹਰ ਥਾਂ ਦੇ ਧਰਨੇ ਦੇਵੇਗਾ ਅਤੇ 4 ਤਰੀਕ ਨੂੰ ਪੂਰਨ ਤੌਰ 'ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਆਪਣੇ ਪਿੰਡ 'ਚ, ਆਪਣੇ ਆਪਣੇ ਵਾਰਡ 'ਚ, ਆਪਣੇ ਆਪਣੀ ਵਾਦੀ 'ਚ ਪੂਰਨ ਤੌਰ 'ਤੇ ਪਹਿਰਾ ਦੇ ਕੇ ਇਹ ਕਰੋ। ਇਹ ਸਾਰੇ ਪੰਜਾਬ 'ਚ ਹੋਣਾ, 1 ਤਰੀਕ ਤੋਂ ਇਹ ਸ਼ੁਰੂ ਹੋਣਾ। ਜਿਹੜੀ ਮੀਟਿੰਗ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਹੁਕਮ ਹੋਇਆ, ਸਾਰੇ ਪੰਜਾਬ ਵਿੱਚ ਦਲਿਤ ਭਾਈਚਾਰਿਆਂ ਦੇ ਨਾਲ ਅਤੇ ਗਰੀਬ ਵਰਗ ਦੇ ਨਾਲ ਜਿਹੜਾ ਕਾਂਗਰਸ ਸਰਕਾਰ ਬਹੁਤ ਅੱਤਿਆਚਾਰ ਕਰ ਰਹੀ ਆ, ਬੇਇਨਸਾਫੀ ਕਰ ਰਹੀ ਆ, ਜ਼ੁਲਮ ਢਾ ਰਹੀ ਉਹਨਾਂ 'ਤੇ, ਉਹਨਾਂ ਦੇ ਬਹੁਤ ਸਾਰੇ ਮੁੱਦੇ ਨੇ ਜਿਹੜੇ ਇਹ ਸਰਕਾਰ ਨੇ ਅੱਖੋਂਲੇ ਕਰਤੇ, ਨਜ਼ਰਅੰਦਾਜ਼ ਕਰਤੇ। ਸਭ ਤੋਂ ਵੱਡੀ ਗੱਲ ਜਿਹੜੀ SC ਪੋਸਟ ਮੈਟ੍ਰਿਕ ਸਕਾਲਰਸ਼ਿਪ ਆ, ਬੱਚਿਆਂ ਨੂੰ ਪੈਸੇ ਨਹੀਂ ਮਿਲੇ ਵਿਚਾਰਿਆਂ ਨੂੰ, ਕਈਆਂ ਨੂੰ ਡਿਗਰੀਆਂ ਨਹੀਂ ਮਿਲੀਆਂ, ਕਈਆਂ ਨੂੰ ਐਡਮਿਸ਼ਨਸ ਨਹੀਂ ਮਿਲੀਆਂ, ਉਹ ਵਿਚਾਰੇ ਦਰ ਦਰ ਭਟਕਦੇ ਨੇ, ਕਿਤੇ ਕਾਲਜ ਵਿੱਚ, ਕਿਤੇ ਯੂਨੀਵਰਸਿਟੀ ਵਿੱਚ ਧੱਕੇ ਖਾ ਰਹੇ ਨੇ। ਫਿਰ ਉਸ ਤੋਂ ਬਾਅਦ ਬਿਜਲੀ ਦੇ ਬਿੱਲ ਬਹੁਤ ਵਧਾ ਤੇ ਸਰਕਾਰ ਨੇ, ਹਜ਼ਾਰਾਂ ਹੀ ਰੁਪਈਆਂ ਦੇ ਬਿਜਲੀ ਦੇ ਬਿੱਲ ਆ ਰਹੇ ਆ, ਜਿਹੜੀ ਕਿ ਜਦ ਅਕਾਲੀ ਦਲ ਦੀ ਸਰਕਾਰ ਸੀ ਕੁਝ ਸੈਂਕੜਿਆਂ 'ਚ ਬਿੱਲ ਆਉਂਦੇ ਸੀਗੇ। PBC ਨਿਊਜ਼ ਦੇ ਲਈ ਜਲੰਧਰ ਤੋਂ ਸੁਸ਼ੀਲ ਹੰਸ ਦੀ ਰਿਪੋਰਟ। ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਦੇ ਵੱਲੋਂ ਕਈ ਉਦਮ ਕੀਤੇ ਜਾ ਰਹੇ ਨੇ, ਜਿਸ ਦੌਰਾਨ COVID-19 ਮਹਾਮਾਰੀ ਦੌਰਾਨ ਮਿਸ਼ਨ ਫਤਿਹ ਨੂੰ ਮੁੱਖ ਰੱਖਦਿਆਂ ਹੋਇਆ ਲਗਾਤਾਰ ਲੋੜਵੰਦਾਂ ਨੂੰ ਮਾਸਕ, ਸੈਨੇਟਾਈਜ਼ਰ, ਸਾਬਣ, ਰਾਸ਼ਨ, ਚੱਪਲਾਂ, ਦਵਾਈਆਂ ਆਦਿ ਵੰਡੀਆਂ ਗਈਆਂ। ਜ਼ਿਲ੍ਹਾ ਰੈੱਡ ਕਰਾਸ ਸ਼ਾਖਾ ਮੋਹਾਲੀ ਦੇ ਸਕੱਤਰ ਕਮਲੇਸ਼ ਕੌਸ਼ਲ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਸ਼ਾਮ ਉਹਨਾਂ ਦੀ ਸੰਸਥਾ ਦੇ ਵੱਲੋਂ ਚਿਲਡਰਨ ਹੋਮ ਕੇਅਰ ਦੁਸਾਰਨਾ ਕੁਰਾਲੀ ਵਿਖੇ ਬੱਚਿਆਂ ਨੂੰ ਮਾਸਕ, ਸੈਨੇਟਾਈਜ਼ਰ ਅਤੇ ਸਾਬਣ ਵੰਡੇ ਗਏ। ਇਸ ਦੇ ਨਾਲ ਹੀ ਉਹਨਾਂ ਨੇ ਬੱਚਿਆਂ ਨੂੰ COVID-19 ਤੋਂ ਬਚਣ ਦੇ ਲਈ ਜਾਗਰੂਕ ਵੀ ਕੀਤਾ। ਮਾਛੀਵਾੜਾ ਦੇ ਵਿੱਚ ਇੱਕ ਗਾਂ ਦੇ ਅਣਟਕੀ ਪੁਲੀ ਦੇ ਵਿੱਚ ਗਿਰਨ ਨੂੰ ਲੈ ਕੇ ਮਾਛੀਵਾੜਾ ਨਗਰ ਕੌਂਸਲ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਦੇ ਵਿੱਚ ਆ ਗਈ ਹੈ। ਫਿਰ ਕੀ ਬਣਿਆ ਇਸ ਗਾਂ ਦਾ, ਆਓ ਵੇਖਦੇ ਹਾਂ PBC ਨਿਊਜ਼ ਦੀ ਇਸ ਰਿਪੋਰਟ ਵਿੱਚ। ਮਾਛੀਵਾੜਾ ਦੇ ਅੰਦਰ ਇੱਕ ਗਾਂ ਗੰਦੇ ਪਾਣੀ ਦੀ ਨਿਕਾਸੀ ਨਾਲੇ ਦੀ ਪੁਲੀ ਹੇਠ ਫਸੀ ਹੋਈ ਹੈ ਅਤੇ ਲੋਕ ਇਸ ਗਾਂ ਨੂੰ ਬਚਾਉਣ ਦੇ ਲਈ ਜੱਦੋ ਜਹਿਦ ਕਰਦੇ ਨਜ਼ਰ ਆ ਰਹੇ ਨੇ। ਆਖਿਰ ਕਾਫੀ ਸਮੇਂ ਬਾਅਦ ਲੋਕ ਇਸ ਗਊ ਨੂੰ ਪੁਲੀ ਹੇਠੋਂ ਕੱਢਣ ਦੇ ਵਿੱਚ ਕਾਮਯਾਬ ਹੋ ਗਏ। ਲੋਕਾਂ ਦਾ ਕਹਿਣਾ ਹੈ ਕਿ ਪੁਲੀ ਨਾ ਟੱਕੀ ਹੋਣ ਕਰਕੇ ਇਹ ਗਊ ਇਸ ਨਿਕਾਸੀ ਨਾਲੇ ਦੇ ਵਿੱਚ ਡਿੱਗ ਗਈ, ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਲੋਕਾਂ ਨੇ ਇਸ ਘਟਨਾ ਨੂੰ ਮਾਛੀਵਾੜਾ ਨਗਰ ਕੌਂਸਲ ਦੀ ਲਾਪਰਵਾਹੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਨਾਲ ਹੀ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਸਮੇਂ ਸਿਰ ਇੱਥੇ ਕਾਰਵਾਈ ਨਾ ਹੋਈ ਤਾਂ ਨਗਰ ਕੌਂਸਲ ਦੀ ਲਾਪਰਵਾਹੀ ਕਾਰਨ ਇਸ ਅਣਟੱਕੀ ਪੁਲੀ ਤੇ ਹੋਰ ਵੀ ਹਾਦਸੇ ਵਾਪਰ ਸਕਦੇ ਨੇ। ਨਗਰ ਕੌਂਸਲ ਬਣਿਆ ਨੂੰ ਘੱਟੋ ਘੱਟ 40-50 ਸਾਲ ਦੇ ਗੇੜ ਹੋ ਚੱਲਿਆ। ਆਹ ਨਗਰ ਕੌਂਸਲ ਦੀ ਨਲੇਕੀ, ਉਹ ਦੇਖੋ ਗਾਂ ਐਡੇ ਨਾਲੇ ਦੇ ਵਿੱਚ ਗਿਰੀ, ਕੋਈ ਢਗਿਆ ਨਹੀਂ। ਪਿਛਲੇ ਦਿਨੀ ਇਹਦੇ ਵਿੱਚ ਇੱਕ ਗੱਡੀ ਵੀ ਗਿਰੀ ਆ, ਜਿਹੜੀ ਇਹ ਨਗਰ ਕੌਂਸਲ ਦੀ ਬਹੁਤ ਵੱਡੀ ਨਲੇਕੀ ਆ। ਆਉਂਦੇ ਨੇ ਆਪਣੇ 5-5 ਸਾਲ ਲਾ ਕੇ ਤੁਰ ਪੈਂਦੇ ਨੇ ਘਰਾਂ ਨੂੰ, ਇਹ ਨਹੀਂ ਸੋਚਦੇ ਕਿ ਸ਼ਹਿਰ ਵਾਸਤੇ ਕੀ ਕਰਨਾ। ਮਾਛੀਵਾੜਾ ਤੋਂ PBC ਨਿਊਜ਼ ਦੇ ਲਈ ਮਨੋਜ ਕੁਮਾਰ ਦੀ ਰਿਪੋਰਟ। ਬਾਲੀਵੁੱਡ ਦੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਰਹੱਸਮਈ ਮੌਤ ਦੇ ਕਾਰਨਾਂ ਨੂੰ ਜਾਣਨ ਵਾਲੇ ਪ੍ਰਸ਼ੰਸਕਾਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸੁਪਰੀਮ ਕੋਰਟ ਨੇ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਤੇ ਅਹਿਮ ਫੈਸਲਾ ਲਿਆ ਕਿ ਇਸ ਮਾਮਲੇ ਦੇ ਵਿੱਚ CBI ਦੀ ਜਾਂਚ ਦੀ ਜ਼ਰੂਰਤ ਨਹੀਂ ਹੈ। ਦੱਸ ਦਈਏ ਕਿ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਮੁੰਬਈ ਦੇ ਵਿੱਚ ਰਹੱਸਮਈ ਹਾਲਾਤਾਂ ਦੇ ਵਿੱਚ ਖੁਦਕੁਸ਼ੀ ਕਰ ਲਈ ਸੀ, ਜਿਸ ਤੋਂ ਬਾਅਦ ਸੁਸ਼ਾਂਤ ਨੂੰ ਚਾਹੁਣ ਵਾਲੇ ਲੋਕਾਂ ਦੇ ਵੱਲੋਂ ਇਸ ਮਾਮਲੇ ਦੀ ਜਾਂਚ CBI ਕੋਲੋਂ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਸੀ, ਭਾਵੇਂ ਇਸ ਮਾਮਲੇ ਦੀ ਜਾਂਚ ਮੁੰਬਈ ਪੁਲਿਸ ਅਤੇ ਬਿਹਾਰ ਪੁਲਿਸ ਵੀ ਕਰ ਰਹੀ ਹੈ। ਜਲੰਧਰ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇੱਕ ਰੈਸਟੋਰੈਂਟ ਦੇ ਵਿੱਚ ਚੱਲ ਰਹੇ ਹੁੱਕਾ ਬਾਰ ਤੇ ਰੇਡ ਕਰਕੇ 14 ਲੋਕਾਂ ਨੂੰ ਹਿਰਾਸਤ ਦੇ ਵਿੱਚ ਲਿਆ। ਇਸ ਦੌਰਾਨ ਪੁਲਿਸ ਨੇ ਭਾਰੀ ਮਾਤਰਾ ਦੇ ਵਿੱਚ ਹੁੱਕਾ ਸਮੱਗਰੀ ਨੂੰ ਵੀ ਬਰਾਮਦ ਕੀਤਾ ਹੈ। ਕੋਰੋਨਾ ਮਹਾਮਾਰੀ ਦੇ ਚਲਦੇ ਜਿੱਥੇ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਤੇ ਮਾਸਕ ਪਾਉਣ ਦੇ ਲਈ ਜਾਗਰੂਕ ਕੀਤਾ ਜਾ ਰਿਹਾ, ਉੱਥੇ ਹੀ ਇਹਨਾਂ ਨਿਯਮਾਂ ਦੀਆਂ ਧੱਜੀਆਂ ਉਡਾਉਂਦਿਆਂ ਹੋਇਆਂ ਜਲੰਧਰ ਅਰਬਨ ਫੇਜ਼ 2 ਦੇ ਇੱਕ ਨਿੱਜੀ ਹੋਟਲ ਦੇ ਵਿੱਚ ਲੋਕ ਨਜ਼ਰ ਆਏ। ਦਰਅਸਲ ਇਸ ਹੋਟਲ ਦੀ ਆੜ ਦੇ ਵਿੱਚ ਇਸ ਦੇ ਮਾਲਕ ਦੇ ਵੱਲੋਂ ਹੁੱਕਾ ਬਾਰ ਚਲਾਇਆ ਜਾ ਰਿਹਾ ਸੀ, ਜਿਸ ਦੀ ਸੂਚਨਾ ਮਿਲਦਿਆਂ ਹੀ ਜਲੰਧਰ ਪੁਲਿਸ ਨੇ ਕਾਰਵਾਈ ਕਰਦਿਆਂ 14 ਲੋਕਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਇਸ ਨੂੰ ਲੈ ਕੇ DCP ਗੁਰਮੀਤ ਸਿੰਘ ਨੇ ਦੱਸਿਆ ਕਿ ਹੁੱਕਾ ਬਾਰ ਦੇ ਵਿੱਚੋਂ ਵੱਡੀ ਮਾਤਰਾ ਦੇ ਵਿੱਚ ਹੁੱਕਾ ਫਲੇਵਰ ਬਰਾਮਦ ਕੀਤੇ ਗਏ ਨੇ। ਉਹਨਾਂ ਇਹ ਵੀ ਦੱਸਿਆ ਕਿ ਹੋਟਲ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਦੀਆਂ ਧੱਜੀਆਂ ਉਡਾਉਣ ਵਾਲੇ ਅਤੇ ਬਿਨਾਂ ਮਾਸਕ ਤੋਂ ਬੈਠੇ ਲੋਕਾਂ ਤੇ ਵੀ ਕਾਰਵਾਈ ਕੀਤੀ ਜਾਏਗੀ। ਕੱਲ੍ਹ ਸਾਨੂੰ ਡਿਵੀਜ਼ਨ ਨੰਬਰ 7 ਦੇ ਏਰੀਆ 'ਚ ਫੇਜ਼ 2 ਦੇ ਉੱਤੇ ਬਜ ਹੀਟ 7 ਦਾ ਜਿਹੜਾ ਮਾਲਕ ਰਿਤੇਸ਼ ਆ, ਉਹਦੇ ਬਾਰੇ ਇਨਫੋਰਮੇਸ਼ਨ ਆਈ ਕਿ ਆਪਣੇ ਕੈਂਪਸ ਦੇ ਵਿੱਚ ਜਿਹੜਾ ਇਹ ਹੁੱਕਾ ਬਾਰ ਜਿਹੜਾ ਇਹ ਚਲਾ ਰਿਹਾ ਵਾ, ਜਿੱਥੇ ਕਿ ਇਮੀਜੀਏਟਲੀ ਉੱਥੇ ਜਾ ਕੇ ਰੇਡ ਕੀਤਾ। ਰੇਡ ਕਰਨ 'ਤੇ ਆਪਾਂ ਨੂੰ ਜਿਹੜੇ 14 ਬੰਦੇ ਜਿਹੜੇ ਉੱਥੋਂ ਆਪਾਂ ਗ੍ਰਿਫਤਾਰ ਕੀਤੇ ਆ, ਉਹਨਾਂ ਦੇ ਖਿਲਾਫ਼ ਅਸੀਂ 21 ਟਬੈਕੋ ਐਂਡ ਸਿਗਰਟ ਪ੍ਰੀਵੈਂਸ਼ਨ ਪ੍ਰੋਹਿਬਿਸ਼ਨ ਜਿਹੜਾ ਐਕਟ ਅਧੀਨ ਜਿਹੜੀ ਇਹ
FIR लॉज की प्लस इन्ना ही होर एडिशनल एक्ट जो सैक्शन लाए ने वो है 3 एपीडेमिक डिजीज एक्ट 51 डिजास्टर मैनेजमेंट एक्ट क्योंकि ये सारे ही बंदे बिना मास्क बिना वो सारा कुछ करते सो इन असी ये जो बिल्कुल सख्त एक्शन लिता लैके असं इन्होंने FIR दर्ज करके तो हूँ जी इन जी तफ्तीश चल रही है। जलंधर तो PBC न्यूज़ लई सुशील हंस की रिपोर्ट। ते ए सन हुण तक दी खबरां जाण तो पहला नजर एक बार फिर तो हैडलाइन से। देश भर दे विच कोरोना ने मचाया कहर, मरीजां दी गिनती हुई 15,87,000 तो पार, एक दिन दे विच ही आए 54,048 नवे मामले, एक्टिव मामलियां दी गिनती हुई 5,29,967। दिल्ली दे अंदर डीजल दी कीमतां दे विच कटौती नूं लैके पंजाब दे विच गरमाई सियासत। श्रोमणी अकाली दल बादल का ऐलान, 1 अगस्त तो पंजाब भर के कैप्टन सरकार विरुद्ध लाए जाएंगे धरने। इनकम टैक्स रिटर्न भरने वालों को मिली राहत, 30 सितंबर तक भर सकते हैं इनकम टैक्स रिटर्न। जलंधर पुलिस ने निजी होटल के चल रहे हुक्का बार का किया पर्दाफाश, 14 लोगों को लिया हिरासत। PBC न्यूज चैनल दे नाल ते मैनूं दिओ इजाजत। धन्नवाद।